ਅੱਜ ਫਰਵਰੀ ਦਾ 6 ਮੰਥਸ ਬਰਥਡੇ ਆਪਾਂ ਪ੍ਰੋਗਰਾਮ ਮਨਾਵਾਂਗੇ ਇੱਥੇ ਕੇਕ ਆ ਤੁਹਾਨੂੰ ਸ਼ਾਮੀ ਦਿਖਾਵਾਂਗੇ ਆਹ ਲਾਸਟ 26 ਜੁਲਾਈ ਮੰਮ ਪਾਪਾ ਦੀ ਐਨਵਰਸਰੀ ਸੀਗੀ ਇਸ ਦਿਨ ਇਹ ਤਾਂ ਇੱਦਾਂ ਹੋਇਆ ਹੀ ਸੀਗਾ ਆਹ ਤੁਹਾਨੂੰ ਪਤਾ ਕੀ ਹੈ ਇਹ ਵਿਆਹ ਦਾ ਕਾਰਡ ਹੈ ਸਾਡੇ ਵਿਆਹ ਦਾ ਕਾਰਡ ਜਿਹੜਾ ਸਾਨੂੰ ਆਇਆ ਸੀ 7 ਸਪਟੈਂਬਰ ਨੂੰ ਸਾਡਾ ਵਿਆਹ ਹੋਇਆ ਸੀ 7 ਸਪਟੈਂਬਰ ਹੀ ਸੀ ਨਾ ਉੱਧਰ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਕੁਛ ਅੱਜ ਫੈਬਰਾਜ ਹੋ ਗਿਆ 6 ਮਹੀਨੇ ਦਾ ਅਤੇ ਉਸ ਖੁਸ਼ੀ 'ਚ ਬਣੇ ਆ ਪੂਰੀ ਚਨੇ ਘਰ ਪੇ ਹਾਂਜੀ ਹਾਏ ਫੀਸਟਿੰਗ ਹੋਈ ਆ ਫੀਸਟਿੰਗ ਜਿੱਦਾਂ ਕਿ ਤੁਹਾਨੂੰ ਪਤਾ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਫੈਬਰਾਜ ਅੱਜ ਹੋ ਗਿਆ 6 ਮੰਥ ਦਾ ਅਤੇ ਥੋੜ੍ਹੀ ਜਿਹੀ ਅਸੀਂ ਇੱਥੇ ਇੱਕ ਥੋੜ੍ਹੀ ਡੈਕੋਰੇਸ਼ਨ ਕਰ ਦਾਂਗੇ ਥੋੜ੍ਹਾ ਜਿਹਾ ਖਾਲੀ ਸਪੇਸ ਹੈਗਾ ਸੀਗਾ ਘਰ ਇੱਥੋਂ ਜਿੱਦਾਂ ਪੌੜੀਆਂ ਚੜ੍ਹੇ ਉੱਪਰ ਇੱਥੇ ਹਾਂਜੀ ਕਿੱਦਾਂ ਲਵ ਕੀ ਕਰਨ ਲੱਗੇ ਆਪਾਂ ਉੱਚੀ ਬੋਲ ਤੇ ਕਿਸੇ ਨੂੰ ਕਹਿ ਦਿੰਦੀ ਡੈਕੋਰੇਸ਼ਨ ਕਰ ਦੇਵੇ ਭਾਵੇਂ ਜਿੱਦਾਂ ਦੀ ਮਰਜ਼ੀ ਹੋਵੇ ਕਹਿੰਦੀ ਗੰਦੀ ਮੰਦੀ ਮੇਰਾ ਮਨ ਹੁੰਦਾ ਵੀ ਮੈਂ ਆਪ ਕਰਾਂ ਤੁਹਾਨੂੰ ਕੋਈ ਗੱਲ ਨਹੀਂ ਸਾਰੇ ਆਪਣੇ ਹੀ ਆ ਆਹ ਬਣ ਰਿਹਾ ਜੀ ਬੈਕਗਰਾਊਂਡ ਸਾਡੇ ਥੀਮ ਦਾ ਕੀ ਸਮਝੇ ਹਾਂਜੀ ਲਾਗਵੀ ਜੀ ਆਹ ਕੁਝ ਡੈਕੋਰੇਸ਼ਨ ਦਾ ਸਮਾਨ ਆ ਜੋ ਘਰ ਹੀ ਅਸੀਂ ਮਾੜਾ ਮੋਟਾ ਇਕੱਠਾ ਕੀਤਾ ਆਹ ਬਾਹਰੋਂ ਆਇਆ ਸਮਾਨ ਹਲਕਾ ਫੁਲਕਾ ਜਿਹਾ ਅਤੇ ਆਹ ਕਟਿੰਗ ਕੁਟਿੰਗ ਘਰ ਹੀ ਆ ਅਤੇ ਜੋ ਇੱਥੇ ਪਿਆ ਸੀ ਨਾ ਹੁਣੇ ਥੋੜ੍ਹੀ ਦੇਰ ਪਹਿਲਾਂ ਉਹ ਚੱਕ ਕੇ ਇੱਥੇ ਲਾ ਛੋੜਿਆ ਇਹ ਹੈਗੀ ਬੈਕਗਰਾਊਂਡ ਕੀ ਸਮਝੇ ਤੁਹਾਡੀਆਂ ਪਲੈਨਿੰਗਾਂ ਹੋ ਰਹੀਆਂ ਸਾਰੀਆਂ ਹਾਂ 6 ਮੰਥ ਦੇ ਹੋ ਗਏ ਨਾ ਜਿਹੜੇ ਤੁਸੀਂ ਡੱਕ 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 6 ਮੰਥ ਜੀ 6 ਮੰਥ ਲਈ ਨੈਨੋ ਇੱਥੇ ਵੀ ਡੱਕ ਬਣੀ ਹੋਈ ਆ ਨੈਨੋ ਨੈਨੋ ਬਾਕੀ ਸਾਰਾ ਕੁਝ ਡਰਨਾ ਸਾਈਡਾਂ 'ਤੇ ਬਲੂਨ ਲੱਗਣੇ ਬਸ ਅਸੀਂ ਇੱਦਾਂ ਬੈਠੇ ਜਿੱਦਾਂ ਗੁਰਦੁਆਰੇ ਬੈਠੇ ਹੁੰਦੇ ਕੱਪੜੇ ਬਦਲ ਦੀਏ ਦੱਸੋ ਕੀ ਵੇਟ ਕਰ ਲਈਏ ਸੋ ਬਹੁਤ ਸੋਹਣਾ ਲੱਗ ਰਿਹਾ ਸਾਨੂੰ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਕਿੱਦਾਂ ਲੱਗ ਰਿਹਾ ਇਹ ਸਾਰੀ ਕੁਵਰਤ ਮੇਰੀ ਮਿਹਨਤ ਆ ਸੋ ਅਤੇ ਸਾਡੀ ਡੱਕ 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 ਵੀ ਰੈਡੀ ਆ ਹਾਂਜੀ ਹਾਈ ਹਾਈ ਮਾਮੀ ਹਾਈ ਗਰਮੀ ਬਹੁਤ ਆ ਇੱਥੇ ਬਿਕੋਜ਼ ਫੈਨ ਵੀ ਨਹੀਂ ਲਾ ਸਕਦੇ ਬਲੂਨਸ ਕਰਕੇ ਅਤੇ ਬਾਹਰ ਆ ਅਤੇ ਨੋ ਏ ਸੀ ਸੋ ਹੀ ਰੈਡੀ ਹੋ ਗਿਆ ਡੱਕ ਥੀਮ ਹਾਫ ਵੇ ਟੂ ਆਈਏ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਇੱਕ ਇੱਕ ਚੀਜ਼ ਦਿਖਾ ਦੇਣੀ ਆ ਮੈਂ ਇਹ ਟਾਟਾ ਟਾਟ ਬਾਏ ਸ਼ਾਨੀ ਕਿਸਨੇ Oh,
ਫੋਟੋਆਂ ਵਗੈਰਾ ਖਿੱਚ ਲਈਆਂ ਸਾਰੀਆਂ ਜਿਹੜੀਆਂ ਜਿੱਦਾਂ ਦੀਆਂ ਵੀ ਆਈਆਂ ਕਿਉਂਕਿ ਟਿਕ ਨਹੀਂ ਰਿਹਾ ਸੀ ਬਿਲਕੁਲ ਵੀ ਅਤੇ ਆਪਣੇ ਵੱਲੋਂ ਤਾਂ ਜ਼ੋਰ ਲਾਇਆ ਪੂਰਾ ਬਾਕੀ ਤੁਹਾਨੂੰ ਪਤਾ ਨਹੀਂ ਕੀ ਇੱਦਾਂ ਕਿਉਂ ਕੀਤਾ ਮੈਂ ਕਿਹਾ ਉਹ ਤਾਂ ਟਿਕਿਆ ਹੋਇਆ ਸੀ ਬੇਸਿਕਲੀ ਲਾਈਟ ਨਹੀਂ ਸੀਗੀ ਉੱਥੇ ਵਿੱਚ ਲਾਈਟਿੰਗ ਨਹੀਂ ਸੀ ਪ੍ਰੋਪਰਲੀ ਉਹਦੇ ਤਾਂ ਵਿਚਾਰੇ ਨੇ ਕੁਝ ਵੀ ਨਹੀਂ ਕਿਹਾ ਚੁੱਪਚਾਪ ਬੈਠੇ ਰਹੇ ਅਤੇ ਹੁਣ ਉਹਦਾ ਮੱਥਾ ਟਿਕਾਉਣ ਅਸੀਂ ਚੱਲੇ ਮਾਲੜੀ ਸਾਹਿਬ ਨਕੋਦਰ ਅਤੇ ਉੱਥੇ ਜਾ ਕੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ आस भी तू अरदास भी तू साड़ी धड़कन विच हर साह विच तू तन विच तू साडे मन विच तू हर लफ्ज भी तू अल्फाज भी तू अनमोल जिंदगी दा कदी मोल नी मंगिया केड़े शब्दा ना तेरा शुक्र करा दस तू वाहे गुरु तन तन वाहे गुरु वाहे गुरु तन तन वाहे गुरु तन तन वाहे गुरु वाहे गुरु तन तन वाहे गुरु वाहे गुरु तन तन वाहे भाभी वो मेरी भाभी हाय आ पता नहीं आप आ छु आ